ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ਾ ਅਤੇ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ CIA ਸਟਾਫ ਦੀ ਪੁਲਿਸ ਨੇ SPD ਸਰਦਾਰ ਜਗਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਚਾਰ ਨਾਮੀ ਗੈਂਗਸਟਰਾਂ ਬਲਜੀਤ ਸਿੰਘ ਉਰਫ ਲਵਲੀ ਪੁੱਤਰ ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪੱਤੇ ਵਾਲੀ, ਦਵਿੰਦਰ ਸਿੰਘ ਉਰਫ ਮੋਨੂ ਪੁੱਤਰ ਸਵਰਗੀ ਸਤਪਾਲ ਸਿੰਘ ਪਿੰਡ ਲਿਤਣਾ ਥਾਣਾ ਰਾਜਕੋਟ ਜ਼ਿਲ੍ਹਾ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਗੁਰਦੇਵ ਸਿੰਘ ਵਾਸੀ ਘੋੜ ਥਾਣਾ ਬੱਸੀ ਪਠਾਣਾ ਨੂੰ 20 ਗ੍ਰਾਮ ਹੈਰੋਇਨ ਦੇ ਅਤੇ 2 ਰਿਵਾਲਵਰ, 38 ਬੋਰ ਤੇ 357 ਬੋਰ, 3 ਪਿਸਤੌਲ, 30 ਬੋਰ ਅਤੇ 32 ਬੋਰ ਅਤੇ 19 ਕਾਰਸੂਤਾਂ ਸਮੇਤ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਪੰਜਾਬ ਸਰਕਾਰ ਕੀ ਜੋ ਐਂਟੀ ਡਰੱਗ ਮੁਹਿੰਮ ਚੱਲ ਰਹੀ ਹੈ ਉਸੀ ਕੇ ਉੱਪਰ ਕਾਮ ਕਰਤੇ ਹੋਏ ਫਤਿਹਗੜ੍ਹ ਸਾਹਿਬ ਪੁਲਿਸ ਨੇ ਇਹ ਬੜੀ ਰਿਕਵਰੀ ਕੀ ਹੈ। ਇਸਕੇ ਅੰਦਰ ਹਮਾਰੇ ਪਾਸ ਇਨਫੋਰਮੇਸ਼ਨ ਹਮਾਰੇ SPD ਦਲਜੀਤ ਸਿੰਘ ਰਾਣਾ ਔਰ CIA ਇੰਚਾਰਜ ਗੁਰਚਰਨ ਸਿੰਘ, ਇਨਕੋ ਇਨਫੋਰਮੇਸ਼ਨ ਥੀ ਕਿ ਯੇ ਲੋਕ ਜੋ ਹੈ ਚਾਰ ਪਰਟੀਕੁਲਰ ਲੋਕ, ਬਲਜੀਤ ਸਿੰਘ ਉਰਫ ਲਵਲੀ, ਹਰਪ੍ਰੀਤ ਸਿੰਘ ਉਰਫ ਹੈਪੀ, ਪਰ ਦੂਸਰਾ ਦਵਿੰਦਰ ਸਿੰਘ ਉਰਫ ਸੋਨੂ ਔਰ ਮਨਪ੍ਰੀਤ ਸਿੰਘ ਉਰਫ ਕਾਕਾ, ਇਨ ਯੇ ਲੋਕ ਜੋ ਹੈ ਡਰੱਗਸ ਜੋ ਹੈ ਕਾਲਜ ਔਰ ਯੂਨੀਵਰਸਿਟੀ ਕੇ ਬੱਚੋਂ ਕੋ ਸਪਲਾਈ ਕਰ ਰਹੇ, ਇਨਫੋਰਮੇਸ਼ਨ ਥੀ ਇਸਕੇ ਉੱਪਰ ਉਨ੍ਹੋਂਨੇ ਆਪਣੇ ਸੋਰਸ ਲਗਾਏ ਔਰ ਇਨ ਲੋਕੋਂ ਕੋ ਅਰੈਸਟ ਕੀਆ ਹੈ। ਇਨਕੇ ਪਾਸ ਸੇ 20 ਗ੍ਰਾਮ ਹੈਰੋਇਨ ਕੀ ਰਿਕਵਰੀ ਹੋਈ ਹੈ, ਸਾਥ ਹੀ ਜੋ ਹੈ 5 ਵੈਪਨ ਇਨਕੇ ਪਾਸ ਸੇ ਰਿਕਵਰੀ ਹੋਈ ਹੈ, ਜਿਨਮੇਂ 2 ਪਿਸਟਲ ਹੈ ਔਰ 3 ਰਿਵਾਲਵਰ ਹੈ। ਹਾਂ, ਯੇ ਫਤਿਹਗੜ੍ਹ ਸਾਹਿਬ ਕੇ ਇਲਾਵਾ ਔਰ ਵੀ ਡਿਸਟ੍ਰਿਕਟਸ ਹੈ ਜੋ ਨੇਬਰਿੰਗ ਪਟਿਆਲਾ ਹੈ, ਸੰਗਰੂਰ ਹੈ ਔਰ ਇਵਨ ਹਿਮਾਚਲ ਵਗੈਰਾ ਮੇ ਵੀ ਯੇ ਲੋਕ ਐਕਟਿਵ ਰਹੇ ਹੈ, ਕਾਫੀ ਏਰੀਆਜ਼ ਮੇ ਯੇ ਲੋਕ ਸਪਲਾਈ ਵੀ ਕਰ ਰਹੇ ਥੇ ਔਰ ਲੂਟ ਖੋ ਕੀ ਵਾਰਦਾਤੋਂ ਮੇ ਵੀ ਸ਼ਾਮਿਲ ਰਹੇ। ਹਾਂਜੀ, ਔਰ ਵੀ ਨਾਮ ਆ ਰਹੇ ਹੈ ਸਾਹਮਣੇ, ਉਨਕੇ ਉੱਪਰ ਵੀ ਹਮ ਲੋਕ ਲਗੇ ਹੈ ਹਮਾਰੇ ਸੋਰਸਿੰਗ ਕਾ। ਯੇ ਨਸ਼ਾ ਬੇਸਿਕਲੀ ਅਭੀ ਜੋ ਹਮਾਰੇ ਪਾਸ ਇਨਫੋਰਮੇਸ਼ਨ ਉਸ ਹਿਸਾਬ ਸੇ ਅੰਬਾਲਾ ਸੇ ਲਾ ਰਹੇ ਥੇ, ਤੋ ਉਧਰ ਵੀ ਹਮਨੇ ਆਪਣੇ ਸੋਰਸ ਲਗਾਏ ਹੈ ਕਿ ਵਹਾਂ ਸੇ ਵੀ ਕੰਸਰਨ ਜੋ ਪੁਲਿਸ ਡਿਪਾਰਟਮੈਂਟ ਹੈ ਉਨਸੇ ਟਾਈ ਅਪ ਕਰਕੇ ਇਸਮੇ ਇਨ ਲੋਕੋਂ ਕੇ ਉੱਪਰ ਕੋਈ ਕਾਰਵਾਈ ਹੋ। ਹਾਂ, ਇੱਕ ਮੈਗਨਮ ਵੈਪਨ ਇਸਮੇ ਮਿਲਾ ਹੈ ਜੋ ਕਾਫੀ ਕੀਮਤੀ ਹੈ, ਵੋ ਹਮਾਰੇ ਪਾਸ ਰਿਕਵਰੀ ਮੇ ਆਇਆ। ਜੀ ਹਾਂ ਜੀ ਹਾਂ ਜੀ ਬਿਲਕੁਲ, ਯੇ ਇਨਕਾ ਮੋਡਸ ਓਪਰੈਂਡਾਈ ਥਾ ਕਿ ਜੋ ਵੀ ਡਿਸਪਿਊਟਿਡ ਲੈਂਡ ਹੋਤੇ ਥੇ ਉਸਮੇ ਯੇ ਕਬਜ਼ਾ ਦਿਲਾਨੇ ਕੇ ਅੰਦਰ ਦਾਦਾਗਿਰੀ ਕੇ ਅੰਦਰ ਯੇ ਲੋਕ ਸ਼ਾਮਿਲ ਹੋਤੇ ਥੇ, ਤੋ ਉਸਮੇ ਯੇ ਕਾਫੀ ਬਦਮਾਸ਼ੀ ਲੋਕ ਕਰਦੇ ਥੇ। ਪਰ ਕਾਫੀ ਮੁਕਦਮੇ ਹੈ, ਯੇ ਸਾਰੇ ਜੋ ਲੋਕ ਹਮਨੇ ਪਕੜੇ ਹੈ ਚਾਰ ਲੋਕ, ਇਨਕੇ ਉੱਪਰ 5-5, 6-6 FIR ਸਭੀ ਕੇ ਉੱਪਰ ਰਜਿਸਟਰਡ ਹੈ ਆਲਰੇਡੀ। ਰਿਮਾਂਡ ਕੇ ਲਿਏ ਹਮ ਕੋਸ਼ਿਸ਼ ਕਰੇਂਗੇ ਕਿ ਰਿਮਾਂਡ ਹਮਕੋ ਔਰ ਮਿਲ ਜਾਏ, ਤਾਕਿ ਔਰ ਜੋ ਬੱਚੇ ਹੋਏ ਰਿਮੇਨਿੰਗ ਅਪਰਾਧੀ ਹੈ ਵੋ ਉਨਕੋ ਪਕੜ ਸਕੇ ਹਮ ਲੋਕ। ਦਵਿੰਦਰ ਸਿੰਘ।